ਔਰਤ ਦੇ ਸੀ ਨਜਾਇਜ਼ ਸਬੰਧ, ਰਾਤ ਨੂੰ ਬੁਲਾ ਕੇ ਪ੍ਰੇਮੀ ਨੇ ਕੀਤਾ ਕਤਲ, ਬਿਹਾਰ ਦਾ ਰਹਿਣ ਵਾਲਾ ਕਤਲ। ਤਾਂ ਦੱਸ ਦਈਏ ਕਿ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਮਹਿਲਾ ਦਾ ਕਤਲ ਕਰ ਦਿੱਤਾ ਗਿਆ, ਜਿੱਥੇ ਇਸਦੇ ਸਤਪਾਲ ਕੌਰ ਦੇ ਨਾਲ ਨਜਾਇਜ਼ ਸਬੰਧ ਸੀ। ਤਾਂ ਮਹਿਲਾ ਵਿਆਹੀ ਹੋਈ ਸੀ ਅਤੇ ਉਸਦੇ 3 ਬੱਚੇ ਵੀ ਸੀ। ਤਾਂ ਰਾਤ ਦੇ ਸਮੇਂ ਇਸਨੇ ਫੋਨ ਕਰਕੇ ਬੁਲਾਇਆ, ਪਰ ਮੌਕੇ 'ਤੇ ਇਹਨਾਂ ਦੇ ਵਿੱਚ ਬਹਿਸ ਹੋ ਗਈ, ਜਿਸ ਤੋਂ ਬਾਅਦ ਗਲਾ ਘੋਟ ਕੇ ਮਹਿਲਾ ਦਾ ਕਤਲ ਕਰ ਦਿੱਤਾ ਗਿਆ। ਤਾਂ ਪੁਲਿਸ ਨੇ 6 ਘੰਟਿਆਂ ਦੇ ਵਿੱਚ ਇਸ ਕਾਤਲ ਨੂੰ ਕਾਬੂ ਕਰ ਲਿਆ। ਤਾਂ ਦੱਸ ਦਈਏ ਕਿ ਮਾਮਲਾ ਖੰਨਾ ਤੋਂ ਸਾਹਮਣੇ ਆਇਆ, ਜਿੱਥੇ ਸਤਪਾਲ ਕੌਰ ਕਿਸੇ ਜ਼ਿਮੀਂਦਾਰ ਦੇ ਘਰ ਦੇ ਵਿੱਚ ਕੰਮ ਕਰਦੀ ਸੀ। ਤਾਂ ਉਸੇ ਘਰ ਦੇ ਵਿੱਚ ਹੀ ਇਹ ਬਿਹਾਰ ਦਾ ਰਹਿਣ ਵਾਲਾ ਮੁਲਜ਼ਮ ਵੀ ਕੰਮ ਕਰਦਾ ਸੀ। ਤਾਂ ਇਸੇ ਦੌਰਾਨ ਦੋਨਾਂ ਦੇ ਵਿੱਚ ਸੰਬੰਧ ਬਣ ਜਾਂਦੇ ਨੇ। ਤਾਂ ਫਿਰ ਮਹਿਲਾ ਦੇ ਵੱਲੋਂ ਕੰਮ ਵੀ ਛੱਡ ਦਿੱਤਾ ਗਿਆ ਅਤੇ ਇਸਦੇ ਨਾਲ ਸੰਬੰਧ ਵੀ ਤੋੜ ਦਿੱਤੇ ਗਏ। ਤਾਂ ਇੱਕ ਦਿਨ ਇਸਦੇ ਵੱਲੋਂ ਮਹਿਲਾ ਨੂੰ ਰਾਤ ਨੂੰ ਫੋਨ ਕੀਤਾ ਗਿਆ ਅਤੇ ਮਿਲਣ ਦੇ ਲਈ ਬੁਲਾਇਆ ਜਾਂਦਾ। ਤਾਂ ਇਸੇ ਦੌਰਾਨ ਦੋਨਾਂ ਦੇ ਵਿੱਚ ਬਹਿਸ ਹੋ ਗਈ ਅਤੇ ਬਹਿਸ ਇੰਨੀ ਵੱਧ ਗਈ ਕਿ ਮੁਲਜ਼ਮ ਨੇ ਮਹਿਲਾ ਦਾ ਕਤਲ ਕਰ ਦਿੱਤਾ। ਦੱਸ ਦਈਏ ਕਿ ਇਹ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਬਿਹਾਰ ਹੀ ਭੱਜਣ ਦੀ ਫਿਰਾਕ ਦੇ ਵਿੱਚ ਬੈਠਾ ਸੀ। ਤਾਂ ਇਸ ਤੋਂ ਪਹਿਲਾਂ ਹੀ ਮੌਕੇ 'ਤੇ ਪੁਲਿਸ ਪਹੁੰਚ ਜਾਂਦੀ ਹੈ ਅਤੇ ਇਸ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਤਾਂ ਹੁਣ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਵੀ ਲਿਆ ਜਾਵੇਗਾ। ਤਾਂ ਦੱਸ ਦਈਏ ਕਿ ਬਿਹਾਰ ਦੇ ਰਹਿਣ ਵਾਲੇ ਇਸ ਸ਼ਖਸ ਦੇ ਵੱਲੋਂ ਸਤਪਾਲ ਕੌਰ ਨਾਮ ਦੀ ਮਹਿਲਾ ਦਾ ਕਤਲ ਕੀਤਾ ਗਿਆ, ਜਿੱਥੇ ਇਹਨਾਂ ਦੋਨਾਂ ਦੇ ਵਿੱਚ ਪਹਿਲਾਂ ਨਜਾਇਜ਼ ਸੰਬੰਧ ਸੀ, ਜਿਸ ਤੋਂ ਬਾਅਦ ਮਹਿਲਾ ਨੇ ਮਿਲਣਾ ਜੁਲਣਾ ਬੰਦ ਕਰ ਦਿੱਤਾ। ਤਾਂ ਫਿਰ ਇਸਦੇ ਵੱਲੋਂ ਫੋਨ ਕਰਕੇ ਬੁਲਾਇਆ ਗਿਆ ਅਤੇ ਫਿਰ ਕਤਲ ਕਰ ਦਿੱਤਾ ਗਿਆ। ਤੁਹਾਨੂੰ ਪਤਾ ਚੱਲਿਆ ਹੋਣਾ ਕਿ ਕੱਲ੍ਹ ਰਾਤ, ਦੈਟ ਇਜ਼ 5 ਸਤੰਬਰ ਨੂੰ, ਮਲੌਦ ਏਰੀਆ ਦੇ ਵਿੱਚ, ਸੀਆਰ ਪਿੰਡ 'ਚ ਇੱਕ ਲੇਡੀ ਦੀ ਕਤਲ ਹੋਇਆ ਸੀਗਾ। ਜਿਸੇ ਇਨਫੋਰਮੇਸ਼ਨ ਜਿਵੇਂ ਪੁਲਿਸ ਨੂੰ ਮਿਲਿਆ ਸੀਗਾ, ਇਮੀਡੀਏਟਲੀ ਆਪਣੇ DSP ਪਾਇਲ ਮਿਸਟਰ ਦੀਪਕ ਰਾਏ, ਨਾਲੇ ਜੋ SHO ਮਲੌਦ ਸਤਨਾਮ ਸਿੰਘ ਜੀ ਔਰ SPD ਸਾਹਿਬ ਆਪਣੇ ਸੌਰਵ ਜਿੰਦਲ ਜੀ, ਉਹਨਾਂ ਦਾ ਟੀਮ ਇਮੀਡੀਏਟਲੀ ਉੱਥੇ ਮੂਵ ਕਰਾਇਆ ਗਿਆ ਸੀਗਾ। ਔਰ ਉੱਥੇ ਲੋਕਲ ਪਬਲਿਕ ਜੋ ਹੈਗੇ, ਪਿੰਡ ਦੇ ਜੋ ਪਿੰਡ ਵਾਸੀ ਹੈਗੇ, ਉਹਨਾਂ ਦੇ ਮਦਦ ਦੇ ਨਾਲ ਅਸੀਂ ਇਮੀਡੀਏਟਲੀ ਟਰੇਸ ਕਰ ਪਾਏ ਕੇਸ ਨੂੰ ਕਿ ਇਹ ਕਤਲ ਨੂੰ ਕਿਹਨੇ ਕੀਤੀ ਸੀਗੀ। ਜਿਨ੍ਹਾਂ ਦੀ ਡੈਥ ਹੋਈ ਸੀਗੀ ਉਹ ਲੇਡੀ ਦਾ ਨਾਂ ਹੈਗਾ ਸਤਪਾਲ ਕੌਰ, ਔਰ ਇਹਦਾ ਜੋ ਕੇਸ ਦਾ ਦੋਸ਼ੀ ਹੈਗਾ ਇਹਦਾ ਨਾਂ ਹੈਗਾ ਬਬਲੂ ਯਾਦਵ। ਇਹ ਬੇਸਿਕਲੀ ਬਿਹਾਰ ਦਾ ਰਹਿਣ ਵਾਲਾ ਹੈਗਾ, ਲੇਕਿਨ ਤਦ ਤੱਕ ਇਹਨੇ ਜਦੋਂ ਕਤਲ ਕਰਕੇ ਇਹ ਭੱਜ ਗਿਆ ਸੀਗਾ, ਔਰ ਇਮੀਡੀਏਟਲੀ ਟੈਕਨੀਕਲੀ ਕੰਮ ਕਰਦੇ ਹੋਏ ਔਰ ਹਿਊਮਨ ਇੰਟੈਲੀਜੈਂਸ 'ਤੇ ਕੰਮ ਕਰਦੇ ਹੋਏ, ਘਟਨਾ ਦੇ 6 ਘੰਟੇ ਦੇ ਅੰਦਰ ਅੰਦਰ ਹੀ ਜੋ ਪੁਲਿਸ ਦਾ ਟੀਮ ਉਸ ਵੇਲੇ ਜਦੋਂ ਮੌਜੂਦ ਸੀਗੇ, ਉਹਨੇ ਇਹਨਾਂ ਨੂੰ ਅਰੈਸਟ ਕੀਤਾ। ਮਲੌਦ ਜੋ ਬੱਸ ਸਟੈਂਡ ਹੈਗੇ ਉੱਥੋਂ ਦੀ ਇਹਨਾਂ ਨੂੰ ਅਰੈਸਟ ਕੀਤਾ। ਇਹ ਬਿਹਾਰ ਭੱਜਣ ਦੇ ਯੋਜਨਾ ਦੇ ਵਿੱਚ ਸੀਗਾ। ਉਸੇ ਵੇਲੇ ਇਹਨਾਂ ਨੂੰ ਇਮੀਡੀਏਟਲੀ ਅਰੈਸਟ ਕਰਕੇ ਫਿਰ ਅੱਗੇ ਦੀ ਕਾਰਵਾਈ ਜੋ ਸ਼ੁਰੂ ਕੀਤੀ ਹੈਗੀ ਹੈ। ਹੁਣ ਮੇਨ ਗੱਲ ਆਉਂਦੀ ਹੈ ਜੀ ਕਿ ਕਿਉਂ ਇਹਨੇ ਇਹਨਾਂ ਦਾ ਕਤਲ ਕੀਤਾ। ਬੇਸਿਕਲੀ ਇਹ 6 ਮਹੀਨੇ ਤੋਂ ਪਹਿਲਾਂ ਇਹਨੇ ਕੰਮ ਕਰਦੇ ਸੀਗੇ ਮਲੌਦ ਏਰੀਆ ਦੇ ਵਿੱਚ ਹੀ, ਇੱਕ ਜ਼ਮੀਨਦਾਰ ਦੇ ਘਰੇ ਕੰਮ ਕਰਦੇ ਸੀ ਦੋਵੇਂ, ਸਤਪਾਲ ਕੌਰ ਔਰ ਜੋ ਬਬਲੂ ਯਾਦਵ ਹੈਗੇ। ਔਰ ਇਹਦੇ ਵਿੱਚ ਇਹਨਾਂ ਦੀ ਆਪਸ 'ਚ ਰਿਲੇਸ਼ਨ ਵੀ ਬਣ ਗਏ ਸੀਗੇ, ਔਰ ਇਹਨਾਂ ਦਾ ਜੋ ਹਸਬੈਂਡ ਹੈਗਾ ਉਹ ਇਹਨਾਂ ਦੇ ਖਿਲਾਫ ਸੀਗੇ। ਤੋ ਇਹਨੇ ਇਹਨਾਂ ਵਾਸਤੇ ਓਬਜੈਕਟ ਕੀਤਾ, ਮਨਾ ਕੀਤਾ, ਤਾਂ ਫਿਰ ਇਹਨੇ ਆਪਣੀ ਰਿਲੇਸ਼ਨ ਨੂੰ ਬੰਦ ਕਰ ਦਿੱਤਾ ਸੀਗਾ। ਔਰ ਪਿਛਲੇ 6 ਮਹੀਨੇ ਜਦੋਂ ਓਨਰ ਨੂੰ ਪਤਾ ਚੱਲਿਆ ਸੀਗਾ ਇਹਨਾਂ ਦੀ ਆਪਸੀ ਇੱਕ ਰਿਲੇਸ਼ਨ ਦੇ ਬਾਰੇ, ਤੋ ਫਿਰ ਇਹਨਾਂ ਨੇ ਕੰਮ ਤੋਂ ਵੀ ਇਹਨਾਂ ਦੋਵਾਂ ਨੂੰ ਕੱਢ ਦਿੱਤਾ ਸੀਗਾ। ਲੇਕਿਨ ਕੱਲ੍ਹ ਸ਼ਾਮੀ ਇਹਨਾਂ ਦੀ ਆਪਸ 'ਚ ਗੱਲਬਾਤ ਹੋਈ, ਫੋਨ ਦੇ ਰਿਕਾਰਡਸ ਹੈਗੇ ਸਾਡੇ ਕੋਲ, ਔਰ ਜਦੋਂ ਇਹਨੇ ਇੱਥੇ ਆਏ ਇਹਨਾਂ ਦੇ ਆਪਸ 'ਚ ਕੋਈ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਔਰ ਉਹਨੇ ਫਿਟ ਆਫ ਦਾ ਰੇਜ ਦੇ ਵਿੱਚ ਆ ਕੇ ਇਹਨੂੰ ਸਤਪਾਲ ਕੌਰ ਨੂੰ ਮਾਰ ਦਿੱਤਾ, ਉਹਨਾਂ ਨੂੰ ਗਲਾ ਘੋਟ ਕੇ ਇਹਨਾਂ ਨੇ ਮਾਰਿਆ ਸੀਗਾ। ਤੋ ਅਭੀ ਹਮਨੇ ਇਹਨਾਂ ਨੂੰ ਅਰੈਸਟ ਕੀਤੀ ਹੈਗੀ ਹੈ, ਮਾਨਯੋਗ ਅਦਾਲਤ ਦੇ ਵਿੱਚ ਅਸੀਂ ਇਹਨਾਂ ਨੂੰ ਪੇਸ਼ ਕਰਾਂਗੇ, ਔਰ ਅੱਗੇ ਦੀ ਰਿਮਾਂਡ ਲੈ ਕੇ ਇਹਨਾਂ ਦੀ ਹੋਰ ਕੋਈ ਗੱਲ ਹੋਵੇ ਇਹਦੇ ਵਿੱਚ ਜੋ ਉਹਨੂੰ ਅਸੀਂ
ਤਫਤੀਸ਼ ਦੌਰਾਨ ਚੈੱਕ ਕਰ ਲਾਂਗੇ। ਨਹੀਂ ਜੀ, ਹੁਣ ਤੱਕ ਜੋ ਸਾਡੇ ਕੋਲ ਰਿਕਾਰਡ ਹੈਗੇ ਉਹਦੇ ਵਿੱਚ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਨਹੀਂ। ਕਿੰਨੀ ਕੇਸ ਹੈ ਮੈਡਮ ਮੈਰਿਡ ਨਾਲ ਮੈਰਿਡ ਹੋਊਗਾ? ਨਹੀਂ, ਹੀ ਇਜ਼ ਅਰਾਊਂਡ ਆਈ ਥਿੰਕ 40 ਦੀ ਹੈਗੀ ਜੀ, 40 ਸਾਲ ਦੀ ਹੈਗੀ ਜੀ। ਜੀ 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 ਉੱਥੇ ਕੰਮ ਕਰਦਾ ਸੀਗਾ ਜੀ, ਇਹ ਖੇਤੀਬਾੜੀ ਦਾ ਕੰਮ ਕਰਦਾ ਸੀ ਉਹਨਾਂ ਦੇ ਘਰ ਦੇ ਵਿੱਚ, ਔਰ ਜੋ ਆਪਣੀ ਵਿਕਟਿਮ ਹੈਗੀ ਆ ਉਹ ਉੱਥੇ ਉਸੇ ਘਰ ਦੇ ਵਿੱਚ ਘਰ ਦਾ ਕੰਮ ਕਰਦੀ ਸੀ। ਉਹ ਆਪਾਂ ਨੂੰ ਚੈੱਕ ਕਰਨੀ ਪੈਣੀ ਜੀ, ਉਹ ਤਾਂ ਫੈਮਿਲੀ ਉਹਨਾਂ ਦਾ ਪਿੱਛੇ ਬਿਹਾਰ 'ਚ ਹੀ ਹੋਣਾ, ਫੈਮਿਲੀ ਉਹਨਾਂ ਦੇ ਬਿਹਾਰ 'ਚ ਸੀਗੀ ਜੀ ਪਿੱਛੇ। ਹਾਂਜੀ।